12ਵੀਂ ਜਮਾਤ ਦੇ CBSE ਬੋਰਡ ਦੇ ਆਏ ਨਤੀਜਿਆਂ ਵਿੱਚ ਇੱਥੋਂ ਦਾ ਸੈਫਰਨ ਸਿਟੀ ਸਕੂਲ ਮੈਰਿਟ ਲਿਸਟ ਨੂੰ ਲੈ ਕੇ ਫਿਰ ਤੋਂ ਬਾਜ਼ੀ ਮਾਰ ਗਿਆ। ਇਸ ਸਕੂਲ ਦੀ ਵਿਦਿਆਰਥਣ ਮਹਿਕਦੀਪ ਕੌਰ ਤੇ ਪੂਰੇ ਜ਼ਿਲ੍ਹੇ ਵਿੱਚ ਅਵਲ ਦਰਜੇ ਤੇ ਆਉਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਕਮਰਸ ਸਟ੍ਰੀਮ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ 12ਵੀਂ ਵਿੱਚੋਂ 96.4% ਅੰਕ ਲੈ ਕੇ ਟੌਪ ਕੀਤਾ ਹੈ। ਇਸ ਤੋਂ ਇਲਾਵਾ ਕਮਰਸ ਗਰੁੱਪ ਵਿੱਚੋਂ ਤ੍ਰਿਪਿੰਦਰ ਕੌਰ ਨੇ 93.8%, ਮਨਪ੍ਰੀਤ ਸਿੰਘ 93.6%, ਰਮਨਪ੍ਰੀਤ ਕੌਰ ਚੀਮਾ 93.2% ਤੇ ਮਹਿਕਪ੍ਰੀਤ ਕੌਰ ਨੇ 91.4%। ਮੈਡੀਕਲ ਗਰੁੱਪ ਵਿੱਚ ਨਵਰੋਜ਼ ਕੌਰ ਨੇ 93.2%, ਆਰਟਸ ਗਰੁੱਪ ਵਿੱਚ ਦਮਨਪ੍ਰੀਤ ਕੌਰ ਨੇ 91.6% ਤੇ ਮਯੰਕ ਨਾਰੰਗ ਨੇ 90% ਅੰਕ ਹਾਸਲ ਕੀਤੇ ਨੇ। ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਵੀ ਚੰਗੀਆਂ ਮੱਲਾਂ ਮਾਰੀਆਂ ਨੇ। ਇਸ ਦੌਰਾਨ ਸਕੂਲ ਦੇ ਚੇਅਰਮੈਨ ਸਿਮਰਤ ਸਿੰਘ ਕਾਲੋ ਅਤੇ ਪ੍ਰਿੰਸੀਪਲ ਵੱਲੋਂ ਇਹਨਾਂ ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਵਿੱਚ ਸੱਦਿਆ ਗਿਆ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਹਨਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਲਈ ਪ੍ਰੇਰਿਤ ਕਰਦੇ ਰਹਿਣਗੇ। ਮਹਿਕਦੀਪ ਕੌਰ, ਮੈਂ +2 ਕਮਰਸ, ਮੇਰੇ 96.4% ਅਚੀਵ ਕੀਤੇ ਆ ਮੈਂ, ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਅਤੇ ਮੈਂ ਇਸ ਪ੍ਰਾਪਤੀ ਦਾ ਜੋ ਸਾਰਾ ਇਸ ਵਿੱਚ ਯੋਗਦਾਨ ਮੇਰੇ ਟੀਚਰਸ ਦਾ, ਮੇਰੇ ਪੇਰੈਂਟਸ ਦਾ, ਮੇਰੀ ਫਰੈਂਡਸ ਦਾ, ਮੈਂ ਸਾਰਿਆਂ ਨੂੰ ਹੀ ਦਊਂਗੀ। ਮੇਰੇ ਪੇਰੈਂਟਸ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ, ਉਹਨਾਂ ਨੇ ਮੈਨੂੰ ਜਿੱਥੇ ਜਿਵੇਂ ਦੀ ਵੀ ਲੋੜ ਸੀ ਮੇਰੀ ਉਹ ਪੂਰੀ ਕੀਤੀ ਹੈ। ਮੇਰੇ ਟੀਚਰਸ ਦਾ ਬਹੁਤ ਵੱਡਾ ਯੋਗਦਾਨ ਰਿਹਾ, ਮੇਰੇ ਟੀਚਰਸ ਨੂੰ ਜਦੋਂ ਵੀ ਮੈਨੂੰ ਕੋਈ ਡਾਊਟ ਆਉਂਦੀ ਮੈਂ ਉਹਨਾਂ ਕੋਲ ਜਾਣਾ ਤਾਂ ਉਹਨਾਂ ਨੇ ਜਵਾਬ ਨਹੀਂ ਦੇਣਾ। ਮੇਰੇ ਪਿਤਾ ਜੀ ਸਵਰਨ ਸਿੰਘ, ਉਹ ਮੈਨੂੰ ਮਤਲਬ ਹਰ ਟਾਈਮ ਮੈਨੂੰ ਉਤਸ਼ਾਹਿਤ ਕਰਦੇ ਸੀ ਕਿ ਤੂੰ ਪੜ੍ਹਨਾ ਹੈ, ਕੁਝ ਅਚੀਵ ਕਰਨਾ ਹੈ, ਮਤਲਬ ਇੱਦਾਂ ਵੀ ਨਹੀਂ ਹੈਗਾ ਕਿ ਮੇਰੇ 'ਤੇ ਪ੍ਰੈਸ਼ਰ ਪਾਇਆ ਹੋਇਆ ਸੀ। ਬਟ ਜਿੱਦਾਂ ਹਰੇਕ ਪੇਰੈਂਟਸ ਦੀ ਆਪਣੀ ਇੱਛਾ ਹੁੰਦੀ ਕਿ ਮੇਰਾ ਬੱਚਾ ਵਧੀਆ ਨੰਬਰਾਂ ਨਾਲ ਪਾਸ। ਮੇਰੇ ਫਾਦਰ ਸਾਹਿਬ LIC ਵਿੱਚ ਕੰਮ ਕਰਦੇ ਨੇ। ਹਾਂਜੀ, ਮੈਂ CA ਬਣਨਾ ਚਾਹੁੰਦੀ ਹਾਂ ਆਪਣੀ ਲਾਈਫ ਦੇ ਵਿੱਚ, ਅਤੇ ਮੈਂ CA ਕੋਚਿੰਗ ਜੁਆਇਨ ਕਰ ਚੁੱਕੀ ਹਾਂ। ਮੇਰਾ ਏਮ ਹੈ ਕਿ ਮੈਂ ਇੱਕ CA ਬਣਨਾ ਅਤੇ ਆਪਣੇ ਮਾਤਾ ਪਿਤਾ, ਆਪਣੇ ਟੀਚਰਸ ਦਾ, ਸਾਰਿਆਂ ਦਾ ਨਾਮ ਰੋਸ਼ਨ ਕਰਾਂ। ਅੱਜ ਦਾ ਰਿਜ਼ਲਟ ਜਿਹੜਾ +2 ਦਾ ਸਾਡੇ ਬੱਚਿਆਂ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਔਰ 100% ਬੱਚੇ ਸਾਡੇ ਕਲੀਅਰ ਹੋਏ ਔਰ ਉਹਦੇ ਵਿੱਚ ਜਿਹੜੀ ਕਿ ਸਾਡੇ ਮਹਿਕਦੀਪ ਕੌਰ ਹੈ ਬਿਟੀਆ ਕਮਰਸ ਡਿਪਾਰਟਮੈਂਟ ਦੀ, ਉਹਨੇ 96.4% ਮਾਰਕਸ ਲੈ ਕੇ ਉਹਨੇ ਟੌਪ ਕੀਤਾ। ਇਸ ਦੇ ਨਾਲ ਨਾਲ ਜਿਹੜੇ ਬਾਕੀ ਸਟੂਡੈਂਟਸ ਨੇ ਉਹਨਾਂ ਨੇ ਵੀ ਬਹੁਤ ਅੱਛੇ ਮਾਰਕਸ ਲਏ, ਬਹੁਤ ਵਧੀਆ ਪਰਸੈਂਟੇਜ ਸ਼ੋਅ ਕੀਤੀ। ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬੱਚੇ ਵੀ ਜਿਹੜੇ ਜਿੰਨੇ ਵੀ ਸਾਰੇ ਕਲੀਅਰ ਹੋਏ ਨੇ ਉਹ ਇਹ ਨਾ ਸੋਚਣ ਵੀ ਸਾਡੀ ਕੁਛ ਪਰਸੈਂਟੇਜ ਐਵਰੇਜ ਹੈ ਜਾਂ ਉਸ ਤਰ੍ਹਾਂ ਉਹਦੇ 'ਤੇ ਨੇ। ਸਾਰੇ ਬੱਚੇ ਜਿਹੜੇ ਟੋਪ ਉੱਪਰਲੇ ਮਾਰਕਸ ਵਾਲੇ ਆਏ ਨੇ, ਟੋਪਰ ਨੇ, ਉਹਨਾਂ ਨੂੰ ਦੇਖ ਕੇ ਉਹ ਵੀ ਮਿਹਨਤ ਕਰਨ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰੀ ਵਾਲੀ ਬਹਾਦਰ ਸਿੰਘ ਧਵਾਣਾ ਦੀ ਰਿਪੋਰਟ।